ਹਾਂਜੀ ਆਨਲਾਈਨ 8th grade admission ਲਈ ਤੁਸੀਂ ਕਰਨਾ ਪਹਿਲਾਂ ਦਾ ਟਾਈਪ ਕਰਨਾ ਹੈ ਜੀ Google ਵਿੱਚ SSApunjab.org ਜਾਂ SSApunjab ਤੁਸੀਂ ਇੱਥੇ ਸਰਚ ਕਰੋਗੇ ਤਾਂ ਇਹ ਪਹਿਲੀ ਵੈਬਸਾਈਟ ਆ ਜਾਵੇਗੀ ਇਹ ਦੇਖੋ SSApunjab ਇੱਥੇ ਤੁਸੀਂ ਕਲਿੱਕ ਕਰਨਾ ਹੈ ਜੀ ਇਹ ਕਲਿੱਕ ਕਰਕੇ ਔਰ ਫਿਰ ਤੁਸੀਂ ਦੇਖਣਾ ਅੱਗੇ niche ਜਾ ਕੇ ਇੱਥੇ ਲਿੰਕ ਹੈ ਜੀ admission of deled ਇਹ ਲਿਖਿਆ ਹੈ ਐਡਮਿਸ਼ਨ 2019 ਕੀ ਦਾ ਲਿੰਕ ਹੈ ਪਰ ਇੱਥੇ ਤੁਸੀਂ ਕਲਿੱਕ ਕਰਨਾ ਹੈ ਇੱਥੇ ਹੀ ਇੱਕ ਵਾਰ ਐਡਮਿਸ਼ਨ ਹੋਵੇਗੀ ਨਵਾਂ ਇਹਨਾਂ ਨੇ ਅਪਡੇਟ ਨਹੀਂ ਕੀਤਾ ਤਾਂ ਇਹ ਨੋਟਿਸ ਜੋ ਪਹਿਲਾਂ ਆਪਣੀ ਇੱਕ ਵੀਡੀਓ ਬਣ ਚੁੱਕੀ ਹੈ ਉਹ ਤੁਸੀਂ ਦੇਖ ਸਕਦੇ ਹੋ ਉਹੀ ਵਾਲਾ ਨੋਟਿਸ ਹੈ ਇਹ ਗਰ ਤੁਸੀਂ ਨਹੀਂ ਡਾਊਨਲੋਡ ਕੀਤਾ ਤਾਂ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ ਮੈਂ ਪਹਿਲਾਂ ਡਾਊਨਲੋਡ ਕੀਤਾ ਇਸ ਲਈ ਇਹਨਾਂ ਨੇ ਕਿਹਾ ਦੁਬਾਰਾ ਡਾਊਨਲੋਡ ਕਰਨਾ ਚਾਹੁੰਦੇ ਹੋ ਮੈਂ ਕਿਹਾ ਨਹੀਂ ਕਰਨਾ ਜੀ ਤਾਂ ਫਿਰ ਇੱਥੇ ਆਪਾਂ ਔਨ ਕਰਦੇ ਹਾਂ ਨਵਾਂ ਫਾਰਮ ਕਿਸ ਤਰ੍ਹਾਂ ਭਰਨਾ ਹੈ ਤਾਂ ਕਲਿੱਕ ਹੇਅਰ ਤੋਂ ਰਜਿਸਟਰੇਟ ਇੱਥੇ ਆਪਾਂ ਕਲਿੱਕ ਕਰਨਾ ਜੀ ਰਜਿਸਟ੍ਰੇਸ਼ਨ ਕਰਨੀ ਹੈ ਤਾਂ ਆਪਣੇ ਕੋਲ ਇਹ ਆਪਾਂ ਇਹਨਾਂ ਦੀਆਂ ਗੱਲਾਂ ਪੜ੍ਹ ਲੈਣੀਆਂ ਨੇ ਜੋ ਵੀ ਲਿਖਿਆ ਨੇ ਉਹ ਆਪਾਂ ਦੀਆਂ ਸਾਰੀਆਂ ਸ਼ਰਤਾਂ ਨੂੰ ਧਿਆਨ ਨਾਲ ਪੜ੍ਹ ਲਿਆ ਜਾਵੇ ਪੜ੍ਹਨ ਉਪਰੰਤ ਅਪਲਾਈ ਕੀਤਾ ਜਾਵੇ ਫਿਰ ਲਿਖਿਆ ਵਿਦਿਆਰਥੀ ਵੱਲੋਂ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕੀਤੀ ਜਾਵੇ ਰਜਿਸਟ੍ਰੇਸ਼ਨ ਉਪਰੰਤ ਵਿਦਿਆਰਥੀ ਵੱਲੋਂ ਉਸਦੇ ਮੋਬਾਈਲ ਨੰਬਰ ਤੇ ਈਮੇਲ ਆਈਡੀ ਤੇ ਉਸ ਦਾ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਭੇਜਿਆ ਜਾਵੇਗਾ ਇਸ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਨੂੰ ਨੋਟ ਕਰ ਲਿਆ ਜਾਵੇ ਰਜਿਸਟ੍ਰੇਸ਼ਨ ਤੋਂ ਬਾਅਦ ਵਿਦਿਆਰਥੀ ਵੱਲੋਂ ਲੌਗਇਨ ਕਰਕੇ ਆਪਣਾ ਐਪਲੀਕੇਸ਼ਨ ਫਾਰਮ ਭਰਿਆ ਜਾਵੇ ਐਪਲੀਕੇਸ਼ਨ ਫਾਰਮ ਭਰਨ ਉਪਰੰਤ ਇਸ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਇਸ ਨੂੰ ਲੋਕ ਕੀਤਾ ਜਾਵੇ ਲੋਕ ਹੋਣ ਉਪਰੰਤ ਕਹਿੰਦੇ ਵੀ ਐਪਲੀਕੇਸ਼ਨ ਫਾਰਮ ਵਿੱਚ ਕੁਝ ਵੀ ਤਬਦੀਲੀ ਨਹੀਂ ਕੀਤੀ ਜਾ ਸਕਦੀ ਐਪਲੀਕੇਸ਼ਨ ਲੋਕ ਹੋਣ ਉਪਰੰਤ ਵਿਦਿਆਰਥੀ ਵੱਲੋਂ ਆਪਣੀ ਫੀਸ ਆਨਲਾਈਨ ਭਰੀ ਜਾਵੇਗੀ ਉਸ ਤੋਂ ਬਾਅਦ ਫੀਸ ਕਨਫਰਮ ਹੋਣ ਉਪਰੰਤ ਵਿਦਿਆਰਥੀ ਆਪਣਾ ਫਾਰਮ ਪ੍ਰਿੰਟ ਕਰ ਸਕਦੇ ਹਨ ਜਦੋਂ ਫੀਸ ਕਨਫਰਮ ਹੋ ਜਾਵੇ ਕਿਦ ਵਿਦਿਆਰਥੀ ਆਪਣਾ ਫਾਰਮ ਪ੍ਰਿੰਟ ਕਰ ਸਕਦੇ ਹਨ ਤਾਂ ਹੁਣ ਆਪ ਅੱਗੇ ਗੱਲ ਕਰਦੇ ਹਾਂ आई हैव आल इंस्ट्रक्शन क्लिक करके इतें उस तो उसके बाद फिर आपको प्रोसीड पर क्लिक कर देना जी प्रोसीड क्लिक करन तो बाद इतें अपने आप ये फॉर्म खुल जाएगा इतने अपना नाम एंटर करना है। जो भी ता नाम है तो मैं तुम्हें एक डेमो दे रहा इसलिए मैं ए बी सी नाम लिख रहा उस तो बाद इतें ही फिल करना है फादर नेम जो ढा फादर तो बाद नेम है उस मदर नेमी इतने फिल करना जी ਉਸ ਤੋਂ ਬਾਅਦ ਉਸ ਇੱਥੇ ਆਪਦੀ ਡੇਟ ਆਵਰਥ ਫਿਲ ਕਰਨੀ ਹੈ ਜਿਹੜਾ ਡੇਟ ਆਵਰਥ ਹੈ ਜੋ ਫਿਲ ਕਰਨੀ ਹੈ ਤਾਂ ਉਸ ਤੋਂ ਬਾਅਦ ਉਸ ਇੱਥੇ ਜੈਂਡਰ ਆਪਣਾ ਮੇਲ ਫੀਮੇਲ ਜੋ ਵੀ ਹੈ ਕੈਟਾਗਰੀ ਸਿਲੈਕਟ ਕਰਨੀ ਹੈ BC ਹੈ ਇਕਨੋਮਿਕਲ ਵੀਕਰ ਰੈਸਟ੍ਰੈਕਸ਼ਨ AWS ਦੀ ਵੀ ਕੈਟਾਗਰੀ ਬਣੀ ਹੈ ਇਸ ਵਾਰ तन जो भी इतने क्लिक करनी है उस तो मोबाइल नंबर एंटर करना इतें जी उस तो बाद फिर तीस इतें जी अपना पासवर्ड एंटर करना है जो तुम पासवर्ड रखना चाहते हो वही उ एंटर करना है जी ਤਾਂ ਜੋ ਤੁਸੀਂ ਇੱਥੇ ਪਾਸਵਰਡ ਆਪਣਾ ਰੱਖਣਾ ਉਹ ਐਂਟਰ ਕਰ ਲੈਣਾ ਜੀ ਉਸ ਤੋਂ ਬਾਅਦ ਤੁਸੀਂ ਇੱਥੇ ਪੰਜਾਬੀ ਕੀਤੀ ਹੋਈ ਹੈ ਤੇ ਯੈਸ ਕਰ ਦੇਣੀ ਤੇ ਅੱਗੇ ਟਿੱਕਰ ਔਰ ਫਿਰ ਰਜਿਸਟ੍ਰੇਸ਼ਨ ਕਰ ਦੇਣੀ ਹੈ ਜੀ ਓਕੇ ਕਰ ਦੇਣਾ ਕਲਿੱਕ और तुम ये देखोगे रजिस्ट्रेशन नंबर जो ढा आ गया है फिर तुम्हें लॉगिन करना है अगर आकर रजिस्ट्रेशन नंबर अपना नोट कर लेना जो मैसेज भी आ गया होगा तो उस तो बाद इतें करना ही क्लिक हेयर टू तो लॉगिन, फिर इत अपना अपना रजिस्ट्रेशन नंबर इतने उपर करना जी फिल रजिस्ट्रेशन नंबर की है जो अपना रजिस्ट्रेशन नंबर है ਉਹ ਇੱਥੇ ਫਿੱਲ ਕਰਕੇ ਫਿਰ نیچے ਪਾਸਵਰਡ ਜੋ ਉੱਪਰ ਰੱਖਿਆ ਸੀ ਉਹ ਫਿੱਲ ਕਰਨਾ ਜੀ ਉਸ ਤੋਂ ਬਾਅਦ ਲੌਗਇਨ ਕਰ ਦੇਣਾ ਹੈ ਤਾਂ ਇਹ ਤੁਹਾਡੇ ਸਾਹਮਣੇ ਖੁੱਲ ਜਾਵੇਗਾ ਇਹ ਖੁੱਲ ਗਿਆ ਤੁਹਾਡੇ ਸਾਹਮਣੇ ਫਿਰ ਆ ਇੱਥੇ ਆ ਰਿਹਾ ਫਿੱਲ ਐਪਲੀਕੇਸ਼ਨ ਫਾਰਮ ਇੱਥੇ ਤੁਸੀਂ ਕਲਿੱਕ ਕਰਨਾ ਹੈ ਜੀ ਤਾਂ ਇੱਥੇ ਕਲਿੱਕ ਕਰਨ ਤੋਂ ਬਾਅਦ ਇਹ ਖੁੱਲ ਗਿਆ ਆਪਣੇ ਸਾਹਮਣੇ ਮੈਰਿਡ ਐਂਡ ਮੈਰਿਡ ਹੋ ਦੱਸ ਦੇਣਾ ਹੈ ਫਿਰ ਇਸ ਤੋਂ ਬਾਅਦ ਲਿਖਣਾ ਹੈ ਸਬਜੈਕਟ ਪਾਸ 10th 10th ਲੈਵਲ ਤੋਂ ਸਾਰੇ ਸਬਜੈਕਟ ਪਾਸ ਕੀਤੇ ਹੋਏ ਸਾਰੇ ਕਲਿੱਕ ਕਰ ਦੇਣੇ ਆ ਜੀ ਪੰਜਾਬੀ ਸਾਇੰਸ ਐਸਐਸ ਸੋਸ਼ਲ ਸਾਇੰਸ ਸਭ ਕੁਝ ਫਿਰ 10th ਦਾ ਆਪਣਾ ਰੋਲ ਨੰਬਰ ਇੱਥੇ ਫਿਲ ਕਰਨਾ ਤੁਸੀਂ ਫਿਰ ਜਿਹੜੇ ਸਾਲ ਤੁਸੀਂ 10th ਪਾਸ ਕੀਤੀ ਉਹ ਫਿਲ ਕਰਨਾ ਜੀ ਫਿਰ ਬੋਰਡ ਜਿਹੜਾ ਹੈ ਜੀ ਤੁਹਾਡਾ ਯੂਨੀਵਰਸਿਟੀ ਕਿਹੜੀ ਹੈ ਪੀਐਸਸੀਬੀ ਤੋਂ ਕੀਤੀ ਹੈ ਤਾਂ ਪੀਐਸਬੀ ਸੀਐਸਬੀ ਸੀਬੀਐਸਸੀ ਤੋਂ ਕੀਤੀ ਹੈ ਤਾਂ ਸੀ ਸੀਬੀਐਸਈ ਵਰਨਾ ਜੀ ਫਿਰ ਉਸ ਤੋਂ ਬਾਅਦ ਮਾਰਕਸ ਜਿੰਨੇ ਆਏ ਹਨ ਉਹ ਫਿਲ ਕਰਨੇ ਆਪਣੇ ਫਿਰ ਜਿੰਨੇ ਟੋਟਲ ਮਾਰਕਸ ਹਨ ਉਹ ਫਿਲ ਕਰਨੇ ਹਨ ਫਿਰ ਪਰਸੈਂਟੇਜ ਆਪਣੇ ਆਪ ਹੀ ਆ ਜਾਵੇਗਾ ਤਾਂ 12th ਦਾ ਤੁਸੀਂ ਆਪਣਾ ਰੋਲ ਨੰਬਰ ਲਿਖਣਾ ਹੈ ਔਰ ਜਦੋਂ ਦੇ ਅੰਤ ਤੁਸੀਂ ਪਾਸ ਕੀਤੀ ਹੈ ਇਹ 2012 ਚ ਕੀਤੀ ਸੀ ਸੌਰੀ ਇੱਥੇ ਗਲਤੀ ਹੋ ਗਈ जो भी ढाई ईयर और ईयर ऑफ पासिंग है वह इतने क्लिक करना है फिर उस तो बाद करना है, जो बोर्ड है धा लिखना है जी इत और फिर इत प्लस टू भी ढा आर्ट्स कमर्स साइंस वोकेशनल जो भी है वो क्लिक करना है, फिर जिन्हें नंबर आए हैं वो क्लिक करने फिर टोटल नंबर क्लिक करने कि सन तो परसेंटेज अपने आप ही आ जाएगी और इसके तो बाद डिस्ट्रिक ता है वो अपना तुम्हें कर लेना जी फिल एड्रैस फिल कर लेना एड्रैस मेरा ऑटो फिल है इसलिए अपने आप ही आ जाएगा तो फिल कर लेना जी डिस्ट्रिक जो है ढा फ फिल कर लेना है और अपडेट कर देना जी अपडेट करे तो सामने इस तरह खुल जाएगा ਔਰ ਇਸ ਤੋਂ ਬਾਅਦ ਲੋਗ ਮੈਂ ਐਪਲੀਕੇਸ਼ਨ ਫਾਰਮ ਤੇ ਕਰ ਦੇਣਾ ਇੱਕ ਵਾਰ ਦੇਖ ਲੈਣਾ ਕੋਈ ਗਲਤੀ ਤਾਂ ਨਹੀਂ ਹੈ ਪੂਰੇ ਵਿੱਚ ਫਿਰ ਲੋਗ ਮੈਂ ਐਪਲੀਕੇਸ਼ਨ ਫਾਰਮ ਤੇ ਕਰ ਦੇਣਾ ਐਪਲੀਕੇਸ਼ਨ ਫਾਰਮ ਜੋ ਲੌਕਡ ਹੋ ਗਿਆ ਹੈ ਹੁਣ ਪੇਮੈਂਟ ਕਰਨੀ ਹੈ ਤਾਂ ਇੱਥੇ ਤੁਸੀਂ ਕਲਿੱਕ ਕਰਨਾ ਕਲਿੱਕ ਇਰ ਟੂ ਪੇ ਫੀਸ ਤਾਂ ਇੱਥੇ ਆਪਾਂ ਕਲਿੱਕ ਕਰਾਂਗੇ ਤਾਂ ਇਹ ਖੁੱਲ ਜਾਵੇਗਾ ਇਸ ਤੋਂ ਬਾਅਦ ਪੇ ਬਿੱਡ ਦੀ ਆਪਸ਼ਨ ਆ ਰਹੀ ਹੋਵੇਗੀ ਤਾਂ ਇੱਥੇ ਤੁਸੀਂ ਕਲਿੱਕ ਕਰ ਦੇਣਾ ਨੀਚੇ ਤਾਂ ਇਹ ਤੁਹਾਡੇ ਕੋਲ ਅਗਰ HDFC ਬੈਂਕ ਦਾ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਤਾਂ ਇਧਰ ਤੁਸੀਂ ਕਲਿੱਕ ਕਰ ਦੇਣਾ ਅਦਰ ਇਹ ਡੈਬਿਟ ਕਾਰਡ ਜੋ ATM ਹੁੰਦਾ ਈ ਤਾਂ ਮੇਰੇ ਕੋਲ ਅਦਰ ਬੈਂਕ ਦਾ ਡੈਬਿਟ ਕਾਰਡ ਹੈ ਤਾਂ ਮੈਂ ਇੱਥੇ ਕਲਿੱਕ ਕਰ ਦਿੰਨਾ ਫਿਰ ਇੱਥੇ ਤੁਸੀਂ ਆਪਣਾ ਕਾਰਡ ਨੰਬਰ ਜੋ 12 ਖਰ ਦਾ ਉਹ ਫਿਲ ਕਰਨਾ ਹੈ ਉਸ ਤੋਂ ਐਕਸਪਾਇਰੀ ਜੋ ਡੇਟ ਆਉਂਦੇ ਤੇ ਲਿਖੀ ਹੁੰਦੀ ਹੈ ਉਹ ਫਿਲ ਕਰਨੀ ਹੈ ਜੀ ਔਰ ਉਸ ਤੋਂ ਬਾਅਦ ਤੁਸੀਂ ਫਿਲ ਕਰਨਾ ਹੈ ਜੋ ਕਾਰਡ ਤੇ ਨੇਮ ਲਿਖਿਆ ਉਹ ਫਿਲ ਕਰ ਦੇਣਾ ਜੀ ਔਰ ਇਸ ਤੋਂ ਬਾਅਦ ਤੁਸੀਂ ਇੱਥੇ ਫਿੱਲ ਕਰ ਦੇਣਾ ਜੀ ਸੀਵੀ ਨੰਬਰ ਜੋ ਕਾਰਡ ਤੇ ਲਿਖਿਆ ਹੁੰਦਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਜੀ ਨੀਚੇ ਦੇਖੋਗੇ ਆਈ ਐਮ ਨੋਟ ਰੋਬੋਟ ਤਾਂ ਇੱਥੇ ਕਲਿੱਕ ਕਰ ਦੇਣਾ ਤੁਸੀਂ ਤਾਂ ਉਸ ਤੋਂ ਬਾਅਦ ਤੁਸੀਂ ਦੇਖੋਗੇ ਮੇਰਾ ਜੋ ਕਾਰਡ ਨੰਬਰ ਹੈ ਇਹ ਮੈਂ ਸਹੀ ਨਹੀਂ ਭਰਿਆ ਕਿਉਂਕਿ ਮੈਂ ਫੀਸ ਨਹੀਂ ਭਰਨੀ ਮੈਂ ਅਪਲੀਕੇਸ਼ਨ ਫਾਰਮ ਨਹੀਂ ਭਰਨਾ ਵੈਸੇ ਤੁਹਾਨੂੰ ਦੱਸ ਰਿਹਾ ਉਸ ਤੋਂ ਬਾਅਦ ਤੁਸੀਂ ਇੱਥੇ ਪਰਸੀਡ ਦਾ ਲਿੰਕ ਆ ਰਿਹਾ ਹੋਵੇਗਾ ਇੱਥੇ ਤੁਸੀਂ ਪਰਸੀਡ ਤੇ ਕਲਿੱਕ ਕਰ ਦੋਗੇ ਤੇ ਤੁਹਾਡਾ ਫਾਰਮ ਜੋ ਫੀਸ ਹੈ ਫ੍ਰੀਜ ਜਾਵੇਗੀ ਔਰ ਫਾਰਮ ਵੀ ਭਰ ਜਾਵੇਗਾ ਉਸ ਤੋਂ ਬਾਅਦ ਪ੍ਰਿੰਟ ਦਾ অপਸ਼ਨ ਆਵੇਗਾ ਤਾਂ ਪ੍ਰਿੰਟ ਤਾਂ ਤੁਸੀਂ ਕਰਕੇ ਆਪਣਾ ਫਾਰਮ ਡਾਊਨਲੋਡ ਕਰ ਸਕਦੇ ਹੋ ਜੀ ਤੇ ਥੈਂਕ ਯੂ ਥੈਂਕਸ ਫॉर ਵਾਚਿੰਗ ਉਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦਵਾਂ ਕਿ 8th 1st ਔਰ 2nd ইয়ার ਦੀਆਂ ਕਈ ਕਲਾਸਿਸ ਤੁਹਾਨੂੰ ਇਸ ਚੈਨਲ ਤੇ ਮਿਲ ਜਾਣਗੀਆਂ ਪ੍ਰੀवियस ইয়ার ਪੇਪਰ ਇਸ ਚੈਨਲ ਤੇ ਮਿਲ ਜਾਣਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਔਰ ਵੀਡੀਓਸ ਨੂੰ ਕਰ ਦਿਓ ਸ਼ੇਅਰ ਕਮੈਂਟ ਕਰੋ ਔਰ ਲਾਈਕ ਕਰ ਦਿਓ ਥੈਂਕ ਯੂ ਜੀ